ਤੂੰ ਕਿੱਥੇ ਬਸਾ ਬਸ ਅਗਲੀ ਗੱਲ ਨਾ ਕਰੀ ਇੱਥੇ ਫੇਰ ਪਾੜਦਾ ਦੱਸ ਕੀ ਬੈਠਾ ਬਸ਼ੀਰ ਦਾ ਗੰਨਾ ਰੌਲਾ ਪਾਤਾ ਏ ਹਾਂਜੀ ਵੇ ਬਸ਼ੀਰ ਕੌਣ ਹੈ ਛੱਡ ਦੇ ਸਦੀਕ ਤੋਂ ਛੋਟਾ ਹੈ ਦੋਹਾਂ ਮਾਰ ਤੋਂ ਤੇ ਗੰਨੇ ਦਾ ਕੀ ਚੱਕਰ ਹੈ ਕੋਈ ਚੱਕਰ ਨਹੀਂ ਇੱਥੇ ਸਮਨਾਬਾਦ ਦਾ ਗੋਲ ਚੱਕਰ ਉਹਦਾ ਨਹੀਂ ਪਤਾ ਲੱਗਣ ਡਿਆ ਤੂੰ ਨਾ ਗੱਲ ਕਰੀ ਕੋਈ ਮੈਂ ਤਾਂ ਦੱਸਣਾ ਹੀ ਨਹੀਂ ਸੋ ਬਸ ਛੱਡ ਦੇ ਦੱਸੀ ਵੀ ਨਾ ਨਹੀਂ ਜੀ ਸਾਨੂੰ ਕੀ ਅੱਜ ਤਾਂ ਜੁੱਤੀ ਨਵੀਂ ਪਾਈ ਕਿੰਨੇ ਦੇ ਲੈ ਬੂਟ 1200 ਦੇ ਲੈ 200 ਦੇ ਨੇ ਘਣਾ ਘਣਾ ਕੇ 1200 ਦੇ ਹੋਏ ਨੇ ਬਿਜੀਲੇ ਬਿਜੀਲੇ ਹਾਂਜੀ ਤੂੰ ਬੜਾ ਚਿੱਟਾ ਦੁੱਧ ਜਾਂ ਨਹਿਰ ਤੇ ਖਲੋਇਆ ਕਰ ਤੂੰ ਵੀ 5-600 ਰੁਪਏ ਦਾ ਕਾਰੀਗਰ ਹੈ ਤੇ ਤੂੰ ਕਾਹਦੇ ਲਈ ਕੰਮ ਛੱਡਿਆ ਤੇਰੇ ਨਾਲ ਹਜ਼ਾਰ ਹੋਣ ਲੱਗ ਪਿਆ ਸੀ ਆ ਗਿਆ ਜੀਲਾ ਇੱਕ ਪਾਈ ਧੋਤੀ ਧੋਤੀ ਦੇ ਬੜੇ ਫਾਇਦੇ ਨੇ ਉਹ ਕੀ ਧੋਤੀ ਧੋਤੀ ਨਾ ਧੋਤੀ ਨਾ ਧੋਤੀ ਵੇ ਧੋਤੀ ਧੋਤੀ ਪਾ ਕੇ ਮੇਲੇ ਨਾ ਚਲਾ ਜਾਈ ਕਿਉਂ ਜੇ ਹਨੇਰੀ ਚੱਲੀ ਨਾ ਤੇ ਮੇਲਾ ਦੁਨੀਆ ਹੀ ਵੇਖੇਗੀ ਤੂੰ ਵੀ ਟਾਈਮ ਕੱਢ ਕੇ ਇੱਕ ਅੱਧੀ ਦੁਕਾਨ ਵੇਖ ਲਈ ਆ ਗਿਆ ਜੀਲਾ ਚਲੋ ਬਈ ਚਲੋ ਜਿੰਨੇ ਦੁਕਾਨ ਵੇਖਣੀ ਵੇਖੋ ਫਿਰ ਮੈਂ ਬੰਦ ਕਰਨੀ ਕਰ ਲਾ ਬੰਦ ਤੂੰ ਜਿਹੜਾ ਅੰਮੀ ਦੀ ਵਰੀ ਲਾਈ ਹੈ ਨਾ ਵਿੱਚ ਕਰ ਲਾ ਤੂੰ ਜਿਹੜੇ ਕਤਲਮੇ ਲਾ ਕੇ ਬੈਠਾ ਚਲੋ ਕਤਲਮਾ ਨਹੀਂ ਲਾਇਆ ਬਸ਼ੀਰ ਦਾ ਗੰਨਾ ਤੇ ਲਾਇਆ ਨਾ ਵੇ ਚੱਕਰ ਕੀ ਕਰ ਰਿਹਾ ਛੱਡ ਦੇ ਬੀਬੀ ਪਰਾਂ ਮਰੋ ਅੱਜ ਨਾ ਚੂਕ ਦਾ ਨਾ ਮੁਸੀਬਤ ਪੈਂਦੀ ਵੇ ਮੈਨੂੰ ਦੱਸੋ ਤੇ ਸਹੀ ਕਰਨੇ ਨਾ ਉੱਥੇ ਬਹਿ ਜਾ ਉੱਥੇ ਬਹਿ ਜਾ ਕਾਂਗਰਸ ਚ ਨਾਰੇ ਮਾਰਨ ਵਾਲਿਆ ਇਹੋ ਜਿਹੇ ਬੰਦੇ ਨੂੰ ਪਿੰਡ ਕੋ ਵਿਆਹ ਦੇਣਾ ਨਾ ਸਦੇ ਪੱਗ ਦੀ ਦੇਖ ਲਓ ਆਪਣੀਆਂ ਇੱਟਾਂ ਕੱਢ ਲੈਂਦਾ ਮੇਰੀਆਂ ਤੇ ਦਿਓ ਨਾ ਗੁਜਰਾਂ ਕੋਲੋਂ ਮਾਰ ਖਾਧੀ ਗੁਜਰਾਂ ਦੇ ਮੁੰਡੇ ਨੇ ਲੜਿਆ ਮੈਂ ਕਿਹਾ ਯਾਰ ਨਾ ਲੜਿਆ ਕਰੋ ਬੜੇ ਅਮੀਰ ਹੁੰਦੇ ਨੇ ਕਹਿੰਦਾ ਕਾਹਦੇ ਅਮੀਰ ਮੱਝਾਂ ਤੇ ਸਾਰੀਆਂ ਨੰਗੀਆਂ ਫਿਰਨ ਡਈਆਂ ਇਹਨਾਂ ਨੇ ਸਾਲਿਆ ਮੱਝਾਂ ਕਿਹੜੀਆਂ ਪੁਰਖੇ ਪਾ ਕੇ ਫਿਰਦੀਆਂ ਉਹ ਪੌਂਦੀਆਂ ਜ਼ਿਲ੍ਹੇ ਦੇ ਪਿੰਡ ਤੂੰ ਕਿਹੜਾ ਘਰ ਹੁੰਦਾ ਮੱਝਾਂ ਦਾ ਘਰ ਉੱਥੇ ਬਹਿ ਜਾ ਖਾਲੀ ਬੱਸਾਂ ਲੁੱਟਣ ਵਾਲੇ ਇੱਥੇ ਬਹਿ ਜਾ ਚਵਲ ਆਦਮੀ ਨਹਿਰ ਚ ਡੁੱਬ ਕੇ ਮਰ ਚਲਾ ਮਾਮੇ ਹਾਂ ਸਾਰੇ ਟੂਪਾਂ ਸੁੱਟ ਕੇ ਨਹਾਉਣ ਦੇ ਸਾਲਾ ਟਾਇਰ ਸੁੱਟ ਕੇ ਬਹਿ ਗਿਆ ਉੱਥੇ ਰੌਲਾ ਪਾਉਣ ਦੇ ਅੱਗੋਂ ਉੱਤੇ ਆਉਣ ਦੇ ਹੋਰ ਤੈਨੂੰ ਉੱਥੇ ਨਗਦ ਆਉਣੇ ਸੀ ਉਹਦੇ ਭਲਾ ਹੋਵੇ ਫਿਰ ਬਸ਼ੀਰ ਦਾ ਉਹਨੇ ਕੱਪੜਾ ਸੁੱਟਿਆ ਤੇ ਮੈਨੂੰ ਬਾਹਰ ਖਿੱਚਿਆ ਉਹਨੂੰ ਕੀ ਪਤਾ ਯਾਰ ਜੀਲੇ ਹਾਂ ਜੀਲੇ ਵੈਸੇ ਤੇਰੀ ਸ਼ਕਲ ਨਾ ਪਠਾਣਾ ਕੋਲੋਂ ਮੁਫਤ ਸਾਈਕਲ ਲੈ ਕੇ ਚਲਾਉਣ ਵਾਲੀ ਵੀ ਬਗੈਰ ਗੱਡੀ ਤੋਂ ਘਰ ਕਿਉਂ ਨਹੀਂ ਬੈਂਦੀ ਕਿੱਥੇ ਫਿਰਦੀ ਰਹਿੰਦੀ ਹੈ ਕਾਗਜ਼ ਚੁੱਕਦੀ ਰਹਿੰਦੀ ਹੈ ਇਹ ਕਾਗਜ਼ ਚੁੱਕਦੀ ਰਹਿੰਦੀ ਕੀ ਹੋਇਆ ਬਟਨ ਨੇ ਅੱਛਾ ਮੈਂ ਸਮਝਿਆ ਰੋਹ ਦੀਆਂ ਛਿੱਟਾਂ ਪਈਆਂ ਇਹ ਤਾਂ ਵੱਜਣੇ ਵੀ ਨਹੀਂ ਸਹੀ ਟਿਕ ਜਾ ਇੱਥੇ ਹੋਰ ਸੁਣਾਓ ਜੀ ਕੀ ਹਾਲ ਆ ਠੀਕ ਪਹਿਲੇ ਕੀ ਵੈਗਣ ਵੱਜੀ ਸੀ ਇੱਥੇ ਆ ਗਏ ਮੈਨੂੰ ਹੱਥ ਨਹੀਂ ਲਾਣਾ ਕਿਉਂ ਤੁਹਾਡਾ ਸੌਦਾ ਆ ਮੈਂ ਕਹਿ ਰਹੀ ਹਾਂ ਮੈਨੂੰ ਹੱਥ ਨਹੀਂ ਲਾਣਾ ਨਹੀਂ ਲਾਣਾ ਜੋ ਲਾਉਣਾ ਫਿਰ ਉਹ ਦੱਸ ਦਿਓ ਇਹ ਕੀ ਹੈ ਅੱਛਾ ਭੁੱਜੇ ਛੋਲੇ ਨਹੀਂ ਬੰਦਾ ਬਾਲਟੀ 'ਚ ਵੇਚਦਾ ਅਤੇ ਇਹੋ ਜਿਹਾ ਉੱਥੇ ਬੈਠਾ ਐਵੇਂ ਕਈ ਜਗ੍ਹਾ ਉਹਦੇ ਹੀ ਖਾ ਖਾ ਕੇ ਰਾਗ 'ਤੇ ਹਮਲਾ ਹੋ ਹੀ ਜਾਣਾ ਕਹਿੰਦਾ ਸਾਲਿਆ ਰਾਗ 'ਤੇ ਹੋਣਾ ਨਹੀਂ ਹੋਣਾ ਮੇਰੇ ਪੈਂਤੀਆਂ ਦੇ ਛੋਲੇ ਖਾ ਗਿਆ ਚਵਲ ਆਦਮੀ ਦੱਸਾਂਗਾ ਨਸਰ ਸੀਡੀ ਵਾਲੇ ਨੂੰ ਬਗੈਰਤਾ ਜ਼ਰੀਰ ਜਿਹਨੂੰ ਮਰਜ਼ੀ ਦੱਸ ਮੈਂ ਵੀ ਦੱਸਾਂਗਾ ਲੈ ਫੜ ਯਾਰ ਰੌਲਾ ਨਾ ਪਾ ਇਹ ਕਾਹਦੇ ਨੇ ਆ ਰੱਖ ਤੂੰ ਉਦਣ ਘਰ ਨਹੀਂ ਸੀ ਨਾ ਹੈਗਾ ਉਹ ਕਮੇਟੀ ਦੇਣੀ ਸੀ ਖਾਲਾ ਜੀ ਨੂੰ 2000 ਬਲਕਿ 1500 ਦੇਣਾ ਉਰੇ ਕਰ 1502 ਦੇ ਬੈਠਾ ਇਹਦੀ ਤਾਰ ਕਿੱਥੇ ਛੱਤ ਤੇ ਚੜ ਕੇ ਨਾ ਖੰਬੇ ਦੀਆਂ ਤਾਰਾਂ ਨੂੰ ਹੱਥ ਪਾ ਇਹਨੂੰ ਨਾ ਤਾਰ ਪਈ ਤੂੰ ਲੰਮਿਆਂ ਪੈ ਜਾਏਗਾ ਮੈਂ ਛੱਤ ਤੇ ਨਹੀਂ ਚੜਨਾ ਯਾਰ ਕਿਉਂ ਪਿਛਲੇ ਪਾਸੇ ਕਮਾਦ ਉਹਦੇ ਜਾ ਪਾਂਗਾ ਪਤਾ ਨਹੀਂ ਭੁੱਲਣੀਆਂ ਨਹੀਂ ਆ ਗੱਲਾਂ ਜੀਲੇ ਜੀ ਜੀਲੇ ਬੜਾ ਟਿਕਾ ਕੇ ਪੀਲਾ ਰੰਗ ਪਾਇਆ ਤੇਰੀ ਕਿਸ਼ਤਾਂ ਪੂਰੀਆਂ ਹੋ ਗਈਆਂ ਦੋ ਕੁ ਰਹਿੰਦੀਆਂ ਹਾਂ ਛੱਡ ਦੇ ਛੱਡ ਦੇ ਪਰਾ ਮਰ ਮੈਨੂੰ ਵੀ ਤਾਂ ਦੱਸਣ ਦੇ ਨਾ ਹੁਣ ਜੀਲੇ ਦੱਸਣ ਦੇ ਨਾਲੇ ਖਾਲੀ ਦਫ਼ਤਰ ਦਾ ਕਲਰਕ ਬਣਿਆ ਜੀਲੇ ਹਾਂ ਇਹ ਘੁੰਮੀ ਜਰਾ ਘੁੰਮ ਗਿਆ ਇਹ ਪਿੱਛੇ ਫਾਸਦੀ ਬੈੱਡ ਲਵਾਈ ਹੋਈ ਤੈਨੂੰ ਅਜੇ ਜ਼ਿਲ੍ਹੇ ਦੀਆਂ ਕੁਆਲਿਟੀਆਂ ਦਾ ਨਹੀਂ ਪਤਾ ਉਹ ਕੀ ਨੇ ਜ਼ਿਲ੍ਹਾ ਦੇ 2:30 ਵਜੇ ਤੋਂ ਬਾਅਦ ਵੀ ਸਿਗਨਲ ਚੁੱਕ ਲੈਂਦਾ ਪਹਿਲੇ ਕਿਉਂ ਨਹੀਂ ਪਹਿਲੇ ਜ਼ਰਾ ਧੁੰਦ ਪੈਂਦੀ ਆ ਤੈਨੂੰ ਕੁਆਲਿਟੀਆਂ ਦੱਸ ਜ਼ਿਲ੍ਹੇ ਦੀਆਂ ਕੁਆਲਿਟੀਆਂ ਦਾ ਨਹੀਂ ਤੈਨੂੰ ਪਤਾ ਦੱਸ ਇਹਨੂੰ ਹੱਥ ਛੱਡ ਕੇ ਵੀ ਚੂਪ ਲੈਂਦੇ ਮੋ ਪੁੱਛੇ ਕੀ ਹਾਲ ਹੈ ਰੋਣ ਕਿਉਂ ਡਏ ਹੋ ਖੈਰ ਕੀ
ਕੀ ਹੋਇਆ ਪਤਾ ਨਹੀਂ ਇਹ ਪਾਕਿਸਤਾਨ ਇੱਥੇ ਕੋ ਪਤਾ ਲੱਗਦਾ ਜੀ ਕਾਦੇ ਲਈ ਰੋਣ ਦੇ ਰਿਹਾ ਸਹੀ ਗੱਲ ਹੈ ਬਸ ਸਹੀ ਗੱਲ ਹੈ ਚੁੱਪ ਕਰ ਜਾ ਤੂੰ ਇਦਾਂ ਨਾਲ ਹੀ ਕਾਉਂਸਲਰ ਬਣ ਜੰਨਾ ਯਾਰ ਦੱਸਾਂ ਵੀ ਨਾ ਨਾ ਦੱਸ ਉਧਰ ਚੱਲ ਚੱਲ ਖਸਮਾਂ ਨੂੰ ਖਾਤ ਮਈਏ ਤੇਰੇ ਘਰ ਜਾ ਕੇ ਪੁੱਛਣ ਦੇ ਚਾਚਾ ਜੀ ਢੋਲਾਂ ਵਾਲੇ ਆ ਗਏ ਨੇ ਸਾਲਿਆ ਐਡੇ ਬਸ ਬਸ ਜੀਲਾ ਮੰਜੀ ਠੋਕਣ ਵਾਲਾ ਤੂੰ ਆ ਜੀਲਾ ਲੁਹਾਰ ਹਾਂ ਪੰਜਾਂ ਦੀ ਵਾਪਰਾਈ ਸਾਈਕਲ ਬਾਹਰ ਮੰਜੀ ਠੋਕ ਕੇ ਵੇ ਕੱਲ ਤੂੰ ਪੈਟਰੋਲ ਪੰਪ ਤੇ ਗਿਆ ਸੀ ਸਾਈਕਲ ਨੂੰ ਕਹਿ ਰਿਹਾ ਸੀ ਫੋਨ ਕਰ ਦਿਓ ਐ ਜੀਲਾ ਲਵਾਰ ਮੰਜੀ ਠੋਕ ਕੇ ਬੜਾ ਬੇਈਮਾਨ ਬੰਦਾ ਇਹਦੇ ਕੋਲ ਕੋਈ ਮੰਜੀ ਤੇ ਨਹੀਂ ਠਕਾਂਦਾ ਕੀ ਹੋਇਆ ਮੈਂ ਮੰਜੀ ਠੋਕਣ ਲਈ ਦੇ ਗਿਆ ਮੇਰਾ ਸੇਰੂ ਲਗਾ ਲਿਆ ਨੇ ਉਹਦੇ ਬਾਅਦ ਚ ਕਿਸੇ ਨੇ ਦੱਸਿਆ ਭਾਈ ਸਾਹਿਬ ਇਹ ਸੇਰੂ ਲੱਕੜ ਦਾ ਤੂੰ ਗੰਨਾ ਸਮਝ ਕੇ ਲਗਾਇਆ ਚੱਲ ਦਫਾ ਜਾ ਤੂੰ ਦਫਾ ਹੋ ਜਾ ਅੰਦਰ ਹੋਰ ਸੁਣਾਓ ਕਾਂਡੇ ਬੜੇ ਸੋਹਣੇ ਪਾਏ ਨੇ ਇੱਕ ਝੂਟਾ ਲੈ ਲਈਏ ਵੇ ਤੂੰ ਤੇ ਅੱਧੇ ਝੂਟੇ ਦੀ ਮਾਰ ਨਹੀਂ ਇਹ ਤੇਰੀ ਗਲਤਫਹਿਮੀ ਆ ਜੀਲੇ ਨੇ ਉਤਰਨਾ ਉਦੋਂ ਜਦੋਂ ਪੀਂਗ ਦੀਆਂ ਫੱਟੀਆਂ ਟੁੱਟ ਗਈਆਂ ਆ ਗਿਆ ਜੀਲਾ ਲਵਾਰ ਜੀਲਾ ਨਹੀਂ ਛੇਤੀ ਉਤਰਦਾ ਦੱਸੋ ਇਹਨੂੰ ਜੀਲਾ ਤਾਂ ਮਰਦਾ ਮਰਦਾ ਵੀ ਮੁੱਢ ਤੱਕ ਚੋਪ ਜਾਂਦਾ ਉਹ ਛੱਡ ਦੇ ਤੂੰ ਗੰਨਾ ਸਮਝਿਆ ਗੱਡੀ ਮੈਨੂੰ ਬੜਾ ਗੁੱਸਾ ਹੀ ਤਰਤੇ ਨਾਲਿਆ ਢੋ ਤੇ ਇੰਜ ਲਈ ਜਿਸ ਤਰ੍ਹਾਂ ਗੰਨਾ ਸਮਝ ਆਈ ਪਾਗਲ ਹੋ ਗਿਆ ਜੀਲਾ ਲੈ ਵੀ ਸ਼ਹਿਜ਼ਾਦੀਆ ਮੈਂ ਤੇਰਾ ਤਾਰਫ ਕਰਾ ਦਿਆਂ ਇਸ ਘਰ ਨਾਲ ਤੇਰਾ ਨਾਂ ਕੀ ਹੈ ਮੇਰਾ ਨਾਂ ਹੈ ਸੂਲਾ ਏਡਾ ਟਿੱਖਾ ਨਾ ਸੂਲਾ ਸੂਲਾ ਸਿੱਧਾ ਪਤਾ ਲੱਗ ਗਿਆ ਸੂਲਾ ਚੁੱਪ ਆ ਵੱਡੀ ਧੀ ਆ ਹੀ ਕਸੂਰ ਵਾਲੀ ਤੁਹਾਡੀ ਬੱਚੀ ਹੈ ਇਹਨੂੰ ਉੱਤੇ ਲੈ ਜਾਓ ਨੈਲਾ ਦੇ ਕਮਰੇ ਗੱਲ ਤੇ ਸੁਣ ਲੈ ਨਾ ਮੈਂ ਡੇਢ ਘੰਟਾ ਰੋਟੀ ਦਾ ਕਹਿੰਦਾ ਰਿਹਾ ਉਦੋਂ ਤੂੰ ਠੀਕ ਹੈ ਠੀਕ ਹੈ ਅਬ ਮੇਰੇ ਮੂੰਹ ਚੋਂ ਗੱਲ ਨਿਕਲੀ ਠੀਕ ਹੈ ਜੀ ਅੱਛਾ ਜੀ ਇਹ ਮੇਰਾ ਨੌਕਰ ਹੈ ਜੀ ਚੁੱਪ ਇਹਨੇ ਸੂਲਾਂ ਜੀ ਅੱਛਾ